ਸ਼੍ਰੀ ਮੁਕਤਸਰ ਸਾਹਿਬ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਲੱਗਣ ਵਾਲੇ ਮਾਘੀ ਮੇਲੇ ਵਿੱਚ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਗੁਰਦੁਆਰਾ ਟੁੱਟੀ ਕੰਢੀ ਸਾਹਿਬ ਦੇ ਸਰੋਵਰ ਵਿੱਚ ਡੁਬਕੀ ਲਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਉੱਥੇ ਹੀ ਵਿਕਾਸ ਫਾਊਂਡੇਸ਼ਨ ਵੱਲੋਂ ਇੱਕ ਅਨੋਖਾ ਲੰਗਰ ਲਗਾਇਆ ਗਿਆ। ਇਸ ਦਾ ਉਹਨਾਂ ਵੱਲੋਂ ਨਾਮ ਰੱਖਿਆ ਗਿਆ ਇਤਿਹਾਸ ਦਾ ਲੰਗਰ, ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਗੁਰਬਾਣੀ ਸੁਣਾਓ ਤੇ ਇਨਾਮ ਪਾਓ। ਇਸ ਅਨੋਖੇ ਲੰਗਰ ਵਿੱਚ ਪਹੁੰਚਣ ਵਾਲੇ ਹਰ ਧਰਮਾਂ ਦੇ ਲੋਕ ਇਸ ਅਨੋਖੇ ਲੰਗਰ ਵਿੱਚ ਪਹੁੰਚ ਰਹੇ ਸਨ ਤੇ ਉਤਸ਼ਾਹਿਤ ਹੋ ਰਹੇ ਸਨ ਤੇ ਨਾਲ ਦੀ ਨਾਲ ਹੀ ਇਸ ਅਨੋਖੇ ਲੰਗਰ ਦੀ ਸਿਫਤ ਵੀ ਕਰ ਰਹੇ ਸਨ। ਇਸ ਇਤਿਹਾਸ ਦੇ ਅਨੋਖੇ ਲੰਗਰ ਬਾਰੇ ਜਾਣਕਾਰੀ ਦਿੰਦੇ ਹੋਏ ਵਿਕਾਸ ਫਾਊਂਡੇਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਇਸ ਲੰਗਰ ਲਗਾਉਣ ਦਾ ਸਾਡਾ ਮਕਸਦ ਲੋਕਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਹੈ ਤੇ ਹਰ ਧਰਮ ਦੇ ਲੋਕਾਂ ਨੂੰ ਅਸੀਂ ਸਿੱਖ ਇਤਿਹਾਸ ਬਾਰੇ ਪ੍ਰਸ਼ਨ ਪੁੱਛਦੇ ਹਾਂ। ਜੇਕਰ ਕੋਈ ਵੀ ਸਹੀ ਜਵਾਬ ਦਿੰਦਾ ਹੈ ਤਾਂ ਉਹਨੂੰ ਸਾਡੀ ਸੰਸਥਾ ਵੱਲੋਂ ਵੱਖ ਵੱਖ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਨੇ। ਖਾਲਸਾ ਵਾਹਿਗੁਰੂ ਫਤਿਹ ਜੀ। ਜਿਹੜਾ ਇਹ ਤੁਸੀਂ ਲੰਗਰ ਦੇਖ ਰਹੇ ਹੋ ਗੁਰਬਾਣੀ ਦਾ ਇਨਾਮ ਪਾਓ ਦਾ ਲੰਗਰ ਹੈ ਜੀ। ਇਹ ਗੁਰੂ ਸਾਹਿਬ ਦੇ ਇਤਿਹਾਸ ਦਾ ਲੰਗਰ ਹੈ, ਬੜਾ ਅਨੋਖਾ ਲੰਗਰ ਹੈ ਇਹ, ਜਿਸ ਵਿੱਚ ਸਾਡੇ ਕੋਲ ਆ ਕੇ ਸੰਗਤ ਸਾਨੂੰ ਜਿਹੜਾ ਹੈਗੀ ਹੈ ਮੈਸੇਜ ਦਿੰਦੀ ਹੈ ਜਾਂ ਆਪਾਂ ਕਹਿ ਸਕਦੇ ਕਿ ਸਾਨੂੰ ਸਵਾਲਾਂ ਦੇ ਜਵਾਬ ਦਿੰਦੀ ਹੈ ਜਿਹੜੇ ਅਸੀਂ ਪੁੱਛਣਾ ਚਾਹੁੰਦੇ ਹੁੰਦੇ ਉਹਨਾਂ ਕੋਲੋਂ ਕਿ ਗੁਰੂ ਸਾਹਿਬ ਦੇ ਸੰਬੰਧ ਦੇ ਵਿੱਚ ਜਿਹੜੇ ਸਵਾਲ ਹੁੰਦੇ ਆ, ਇਤਿਹਾਸ ਦੇ ਸੰਬੰਧ ਦੇ ਵਿੱਚ, ਗੁਰਬਾਣੀ ਦੇ ਸੰਬੰਧ ਦੇ ਵਿੱਚ ਸਵਾਲ ਹੁੰਦੇ ਆ ਸਾਰੇ, ਜਦੋਂ ਸਾਨੂੰ ਜਵਾਬ ਦਿੰਦੇ ਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਗਿਫਟ ਦਿੰਦੇ ਹਾਂ। ਛੋਟੇ ਵੱਡੇ ਗਿਫਟ ਸਾਰੇ ਤਰ੍ਹਾਂ ਦੇ ਗਿਫਟ ਇੱਥੇ ਸੰਗਤ ਲਈ ਅਸੀਂ ਤਿਆਰ ਰੱਖੇ ਹੋਏ ਆ। ਨਾਲੋ ਨਾਲ ਸਾਡੇ ਵੀਰ ਜਿਹੜੇ ਸੇਵਾ ਨਿਭਾ ਰਹੇ ਆ ਵੀ ਗਿਫਟ ਦਿੱਤੇ ਜਾ ਰਹੇ ਜੀ। ਬੜੇ ਸੋਹਣੇ ਕੈਲੰਡਰ ਹੈ, ਬੜੇ ਸੋਹਣੇ ਪੇਂਟ ਬੁੱਕ ਹੈ, ਕਲਰ ਹੈ ਤੇ ਹੋਰ ਵੀ ਕਈ ਇਸੇ ਤਰ੍ਹਾਂ ਦੇ ਸਮਾਨ ਹੈਗਾ ਜਿਹੜਾ ਅਸੀਂ ਉਹਨੂੰ ਗਿਫਟ ਦੇ ਰੂਪ ਦੇ ਵਿੱਚ ਦੇ ਰਹੇ ਹਾਂ ਸੰਗਤ ਨੂੰ। ਇਹ ਇਕੱਲੇ ਗੁਰਸਿੱਖੀ ਹੈ ਕਿ ਹੋਰ ਭਾਈਚਾਰੇ ਦੇ ਵੀ ਕਰ ਰਹੇ ਹੋ? ਇਹਦੇ ਵਿੱਚ ਹਰੇਕ ਧਰਮ, ਹਰੇਕ ਬੰਦਾ ਇੱਥੇ ਆ ਕੇ ਜਿਹੜਾ ਵੀ ਮੇਲੇ ਤੇ ਆ ਰਿਹਾ ਜੀ, ਇਸ ਤੇ ਹੀ ਜੁੜੇ ਤੇ ਆ ਰਿਹਾ ਆਪਣਾ ਮੇਲੇ ਦੇ, ਇਸ ਤੇ ਉਹ ਸਾਰੇ ਆ ਕੇ ਲਗਭਗ ਪੇਪਰਾਂ ਨੂੰ ਭਰ ਰਹੇ ਆ ਜਾਂ ਗੁਰਬਾਣੀ ਸੁਣਾਓ ਇਨਾਮ ਪਾਓ ਦੇ ਵਿੱਚ ਭਾਗ ਲੈ ਰਹੇ ਜੀ। ਕੋਈ ਧਰਮ ਜਾਂ ਕੋਈ ਇੱਥੇ ਵਿਤਕਰਾ ਨਹੀਂ ਕੀਤਾ ਜਾ ਰਿਹਾ ਕਿਸੇ ਪ੍ਰਕਾਰ ਦਾ ਵੀ, ਹਰ ਬੰਦਾ ਇੱਥੇ ਆ ਕੇ ਆਪਦਾ ਪੇਪਰ ਭਰ ਰਿਹਾ ਜੀ। ਤੇ ਕਿੰਨਾ ਕੁ ਰਿਸਪੋਂਸ ਮਿਲ ਰਿਹਾ? ਰਿਸਪੋਂਸ ਇਸ ਤਰ੍ਹਾਂ ਜੀ, ਕਾਫੀ ਸੰਗਤ ਆ ਰਹੀ ਹੈ ਜੀ। ਲਗਭਗ ਤੁਸੀਂ ਪਿੱਛੇ ਮੋੜ ਕੇ ਜੀ ਕੈਮਰਾ ਦਿਖਾ ਦਿਓ, ਤੁਹਾਨੂੰ ਪਤਾ ਲੱਗ ਵੀ ਜਾਊਗਾ ਕਿ ਕਾਫੀ ਸੰਗਤ ਇੱਥੇ ਖੜੀ ਹੋਈ ਹੈ। ਬੜੀ ਸੰਗਤ ਆ ਕੇ ਆਪਸ 'ਚ ਗੱਲਾਂ ਕਰਦੀ ਹੈ ਇਹ ਕਿ ਭਾਈ ਤਾਰੂ ਸਿੰਘ ਨੇ ਖੋਖਲਾ ਕਿਉਂ ਲੱਥਿਆ ਸੀਗਾ ਜਾਂ ਕੇ ਦਿੱਲੀ ਦੇ ਜਿਹੜਾ ਸ਼ੀਸ਼ ਲੱਥਿਆ ਸੀ ਗੁਰੂ ਸਾਹਿਬ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ, ਉਹਦੇ ਬਾਰੇ ਗੱਲਾਂ ਕਰਦੇ ਹੈ। ਇਤਿਹਾਸ ਦਾ ਇੱਕ ਲੰਗਰ ਹੈ, ਇਹ ਗੁਰਬਾਣੀ ਦਾ ਲੰਗਰ ਹੈ, ਗੁਰਬਾਣੀ 'ਚ ਗੱਲਾਂ ਹੁੰਦੀਆਂ ਜਿੱਥੇ ਇਤਿਹਾਸ ਦੀਆਂ ਗੱਲਾਂ ਹੁੰਦੀਆਂ।